ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਪਾਕਿਸਤਾਨੀ ਮਿਸ਼ਨ ਚੰਦ ਤੇ ਚਲਾ ਗਿਆ, ਤੁਸੀਂ ਜਾਣਾ ਪਸੰਦ ਕਰੋ? ਠੀਕ ਹੈ, ਜਾਣਦੇ ਅਸੀਂ ਕੋਈ ਨਹੀਂ ਮਤ। ਪਾਕਿਸਤਾਨੀ ਮਿਸ਼ਨ ਪਹਿਲਾਂ ਚੰਦ ਤੇ ਉੱਪੜ ਗਿਆ, ਤੁਸੀਂ ਜਾਣਾ ਪਸੰਦ ਕਰੋ? ਤੇ ਭਾਅ ਜੀ, ਅਸੀਂ ਦੁਨੀਆਂ ਦੇ ਰਹਿ ਜਾਈਏ ਬੜੀ ਗੱਲ, ਅਸੀਂ ਉੱਤੇ ਜਾਣਾ ਪਸੰਦ ਕਰਾਂਗੇ, ਜਿੰਦੇ ਹਾਲਾਤ ਨੇ ਹਕੂਮਤ ਨੇ ਸਾਡੇ ਕੀਤੇ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਪਾਕਿਸਤਾਨੀ ਪਹਿਲਾਂ ਮਿਸ਼ਨ ਚੰਦ ਤੇ ਉੱਪੜ ਗਿਆ, ਜਾਣਾ ਚਾਹੋਗੇ ਤੁਸੀਂ? ਕਿਉਂ ਨਹੀਂ, ਕਿਉਂ ਨਹੀਂ। ਕਲਿਆਂ ਜਾਓਗੇ ਫੈਮਿਲੀ ਨਾਲ? ਕਿਸ ਤਰ੍ਹਾਂ ਪਲਾਨ ਹੈ ਤੁਹਾਡੇ? ਦੋਸਤ ਨੂੰ ਨਾਲ ਲੈ ਕੇ ਜਾਣਾ। ਕਿਹੜਾ ਦੋਸਤ? ਦੋਸਤ ਮੇਰਾ ਯਾਰ ਸਰਗੋਧੇ ਵਾਲਾ। ਉੱਥੇ ਜਾ ਕੇ ਕਰੋ ਤੇ ਕੋਈ ਨਾ ਪਾਣੀ ਟਿਕਟ ਬਣਾ ਕੇ ਪੀਵਾਂਗੇ, ਫਿਰ ਅਗਲਾ ਕੰਮ ਕਰਾਂਗੇ। ਬਜ਼ੁਰਗੋ, ਪਹਿਲਾ ਮਿਸ਼ਨ ਚੰਦ ਤੇ ਚਲਾ ਗਿਆ, ਤੁਸੀਂ ਜਾਣਾ ਪਸੰਦ ਕਰੋ ਤੇ ਚੰਦ ਤੇ? ਪਾਕਿਸਤਾਨ ਦਾ ਪਹਿਲਾ ਮਿਸ਼ਨ ਗਿਆ ਚੰਦ। ਅਸੀਂ ਮਹਿੰਗਾਈ ਨਾਲ ਨਿਬੜ ਲਈਏ ਤੇ ਫਿਰ ਚੰਦ ਤੇ ਵੀ ਲੱਗੇ ਜਾਵਾਂਗੇ। ਪਹਿਲੇ ਮਹਿੰਗਾਈ ਦਾ ਤੇ ਕੁਝ ਕਰੂੰ, ਪਹਿਲੇ ਮਹਿੰਗਾਈ ਦਾ ਤੇ ਕੁਝ ਕਰੂੰ, ਫਿਰ ਚੰਦ ਤੇ ਜਾਣ। ਫਿਰ ਚੰਦ ਤੇ ਜਾਣ, ਪਹਿਲੇ ਥੱਲੇ ਵਾਲਿਆਂ ਦਾ ਤੇ ਕੁਝ ਕਰਨ। ਥੱਲੇ ਵਾਲੇ ਮਰਦ ਉਂਝ ਹੀ ਉੱਤੇ ਜਾਣ ਵਾਲੇ ਨੇ। ਪਹਿਲਾ ਮਿਸ਼ਨ ਪਾਕਿਸਤਾਨੀ ਚੰਦ ਤੇ ਜਾ ਰਿਹਾ, ਤੁਸੀਂ ਜਾਣਾ ਪਸੰਦ ਕਰੋ? ਅੱਲਾ ਦੇ ਹੁਕਮ ਹੈ, ਜਾਣਾ ਪਸੰਦ ਕਰਾਂਗੇ। ਉੱਥੇ ਜਾ ਕੀ ਕਰੋਗੇ? ਉੱਥੇ ਜਾ ਕੇ ਜਾਇਦਾ ਜੁਦਾ ਅੱਲਾ ਦੇ ਜਾ। ਜਾਇਦਾ ਜੁਦਾ? ਪਾਣੀ ਸ਼ਾਨੀ ਕੋਣੀ ਜਾ? ਪਾਣੀ ਨਾਮ ਹੀ ਆ ਗਿਆ, ਅੱਲਾ ਵਾਰਸ ਹੈ, ਅੱਲਾ ਦੇ ਹਨ ਉੱਥੇ। ਭਾਅ ਜੀ, ਪਹਿਲਾ ਮਿਸ਼ਨ ਪਾਕਿਸਤਾਨੀ ਚੰਦ ਤੇ ਜਾ ਰਿਹਾ, ਤੁਸੀਂ ਜਾਣਾ ਪਸੰਦ ਕਰੋਗੇ? ਪਹਿਲੀ ਵਾਰੀ ਗਿਆ ਨਾ, ਇਨਸ਼ਾਅੱਲਾ ਜਾਵਾਂਗੇ, ਹਰ ਵਾਰੀ ਜਾਵਾਂਗੇ, ਕੋਈ ਟੈਨਸ਼ਨ। ਹਰ ਵਾਰੀ ਜਾਓ? ਹਰ ਵਾਰੀ ਜਾਓ। ਤੇ ਜਾ ਕੀ ਕਰੋਗੇ? ਇੰਡੀਆ ਨਾਲ ਜਿੱਤਾਂਗੇ। ਇੰਡੀਆ ਨਾਲ ਜਿੱਤਾਂ? ਹਾਂ, ਇਨਸ਼ਾਅੱਲਾ। ਪਾਕਿਸਤਾਨੀ ਪਹਿਲਾ ਮਿਸ਼ਨ ਚੰਦ ਤੇ ਚਲਾ ਗਿਆ, ਤੁਸੀਂ ਚੰਦ ਤੇ ਜਾਣਾ ਪਸੰਦ ਕਰੋਗੇ? ਜੀ, ਸਾਰਸੀ ਤੇ ਜ਼ਮੀਨ ਤੇ ਸਾਨੂੰ ਰਹਿਣ ਦੇਣ ਦੇ ਵੀ ਬੜਾ ਹੀ ਗੱਲ ਹੈ। ਚੰਦ ਤੇ ਜਾ ਕੇ ਕੀ ਕਰਨਾ ਜੀ? ਚੰਦ ਤੇ ਨਹੀਂ ਜਾਣਾ ਫਿਰ? ਨਹੀਂ, ਅਸੀਂ ਨਹੀਂ ਜਾਂਦੇ ਜਾਣਾ। ਹੋ ਸਕਦਾ ਉੱਥੇ ਬੱਚਤ ਹੋ ਜਾਏ ਤੂੰ? ਜੀ ਨਹੀਂ, ਜੇ ਇੱਥੇ ਬੱਚਤ ਨਹੀਂ ਤੇ ਉੱਤੇ ਵੀ ਬੱਚਤ ਕੋਈ ਨਹੀਂ ਜੀ ਹੈ। ਛੱਤ ਛਾਲ ਮਾਰ ਜਾਣਾ, ਚੰਦ ਤੇ ਬੰਦਾ ਉਂਝ ਪਹੁੰਚ ਜਾਂਦਾ। ਪਹਿਲਾ ਮਿਸ਼ਨ ਪਾਕਿਸਤਾਨੀ ਚੰਦ ਤੇ ਜਾ ਰਿਹਾ, ਤੁਸੀਂ ਜਾਣਾ ਪਸੰਦ ਕਰੋ? ਨਹੀਂ, ਅਸੀਂ ਇੱਥੇ ਸਿੰਘ ਉੱਤੇ ਜਾ ਕੀ ਕਰਨਾ? ਇੱਥੇ ਯਾਰ ਭੁੱਖ ਨਾਲ ਸਿਰ ਸੁੱਜੇ ਆ, ਕਹਿੰਦੇ ਇੱਥੇ ਠੀਕ ਹੋ, ਕਿਹੜਾ ਪਲਾਟ ਬਣਾ ਰਹੇ? ਪਾਕਿਸਤਾਨ ਦਾ ਪਹਿਲਾ ਮਿਸ਼ਨ ਚੰਦ ਤੇ ਜਾਣ ਵਾਸਤੇ ਰਵਾਨਾ ਹੋ ਗਿਆ, ਆਇੰਦਾ ਤੁਸੀਂ ਚੰਦ ਤੇ ਜਾਣਾ ਪਸੰਦ ਕਰੋ? ਤੇ ਉਹ ਚੰਦ ਉੱਤੇ ਤੇ ਫਿਰ ਅੱਲਾ ਦਾ ਪਿਆਰਾ ਵੀ ਗਿਆ, ਅੱਲਾ ਨੇ ਬੁਲਾਇਆ, ਅੱਲਾ ਤਾਲਾ ਨੇ। ਸਾਇੰਸਦਾਨ ਵੀ ਗਏ ਜੇ ਨਾ? ਹਾਂਜੀ, ਸਾਇੰਸਦਾਨ। ਸਾਇੰਸਦਾਨ ਪਤਾ ਨਹੀਂ ਉੱਥੇ ਹੀ ਆਪਣੇ ਨੇ ਜਾਣੇ ਹੀ ਆਪਣੇ, ਜਿੱਥੇ ਅੱਲਾ ਦਾ ਪਿਆਰਾ ਵੀ ਗਿਆ। ਹਾਂਜੀ, ਉਹ ਤੇ ਅੱਲਾ ਜ਼ਾਤ ਪਾਕ ਨੇ ਆਖਿਆ ਵਾ, ਮੇਰੇ ਪਿਆਰੇ ਸਣੇ ਜੋੜਿਆ ਹੀ ਆ ਜਾ। ਹੈਂ ਤੇ ਉਹ ਆਪਣੇ ਪਿਆਰੇ ਨੂੰ ਅੱਲਾ ਤਾਲਾ ਬੁਲਾਇਆ, ਉਹਨੇ ਤਿਆਰੇ ਭੇਜ ਰਹੇ ਨਾ? ਉਹ ਤਿਆਰੇ ਭੇਜਦੇ ਨੇ, ਪਤਾ ਨਹੀਂ ਉਹ ਤਿਆਰੇ ਹੁਣ ਫਿਰ ਕੀ ਹੁੰਦੇ ਨੇ ਜਾਂ ਕੀ ਨਹੀਂ, ਸਾਨੂੰ ਹੁਣ ਕੀ ਪਤਾ।